ਕਾਂਗਰਸ ਚ ਵੱਡਾ ਨਾਂ ਸੀਗਾ ਵੱਡਾ ਚਿਹਰਾ ਸੀਗਾ ਲੋਕ ਇਲਾਕੇ ਦੇ ਕੰਮ ਕਰਵਾਉਣ ਦੇ ਲਈ ਤੁਹਾਡੇ ਕੋਲ ਆਉਂਦੇ ਸੀਗੇ ਕੋਈ ਵੀ ਕੰਮ ਸੀਗਾ ਤੁਹਾਡੇ ਕੋਲ ਪਹੁੰਚ ਕਰਦੇ ਸੀਗੇ ਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਕਿਉਂ ਜੁਆਇਨ ਕੀ ਤੇ ਨਬਜੋਤ ਸਿੱਧੂ ਜੀ ਦਾ ਸਾਨੂੰ ਬੜਾ ਵਿਸ਼ਵਾਸ ਸੀ ਕਿ ਉਹ ਕਹਿੰਦੇ ਨੇ ਕਿ ਇੱਕ ਪੰਜਾਬ ਮਾਡਲ ਮੈਂ ਬਣਾਉਣਾ ਹੈ ਜਿਹਦੇ ਵਿੱਚ ਕਰਾਪਟ ਨੇ ਜਿਹੜੇ ਭ੍ਰਿਸ਼ਟਾਚਾਰ ਲੋਕ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਪਰ ਉਹ ਐਸਾ ਇੱਕ ਵੀ ਨਹੀਂ ਹੋਇਆ ਕਿ ਕਰਾਪਟ ਦੀ ਜਗ੍ਹਾ ਤੇ ਜਿਹੜੇ ਮਿਹਨਤ ਕਾਸ਼ ਬੰਦੇ ਸੀ ਨਵੇਂ ਯੂਥ ਦੇ ਬੰਦੇ ਸੀ ਆਧਾਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਜਿੱਦਾਂ ਦਮਨ ਬਾਜਵਾ ਸੀ ਸੁਨਾਮ ਤੋਂ ਜਾਂ ਸਾਹਨੇਬਾਲ ਤੋਂ ਸਤਵਿੰਦਰ ਬਿੱਟੀ ਸੀ ਇਹਨਾਂ ਤੇ ਕੋਈ ਦੋਸ਼ ਨਹੀਂ ਹੈ ਕਪਲੇ ਦਾ ਇਹਨਾਂ ਦੀਆਂ ਅਜਹਿਆਂਆਂ ਦੇ ਅਮਰੀਕ ਸਿੰਘ ਢੱਲੋਂ ਵਰਗਿਆਂ ਦੀਆਂ ਸਾਹਨੇਂ ਦਾ ਟੇਟਾਂ ਕੱਟੀਆਂ ਗਈਆਂ ਪਰ ਤੂੰ ਜਿਹਦੇ ਤੇ ਦੋਸ਼ ਦੀ ਤੇ ਉਸ ਹਲਕੇ ਦੇ ਸਾਰੀ ਮੁਤਵਰ ਮੌਜੂਦ ਵਿਅਕਤੀ ਅਤਰਾਜ ਪਟਵਾਉਂਦੇ ਸੀ ਉਹਨੂੰ ਟਿਕਟ ਮਿਲ ਗਈ ਸਾਧੂ ਸਿੰਘ ਧਰਮਸੋਤ ਜਿਹੜੇ ਵਿਧਾਇਕ ਨੇ ਇੱਥੋਂ ਦੇ ਸਾਬਕਾ ਕੈਬਨਿਟ ਮੰਤਰੀ ਨੇ ਉਹ ਤਾਂ ਕਹਿ ਰਹੇ ਨੇ ਕਿ ਵਿਕਾਸ ਦੇ ਨਾਂ ਤੇ ਲੋਕਾਂ ਨੇ ਵੋਟ ਦੇਣੀਆਂ ਮੈਂ ਵਿਕਾਸ ਬਹੁਤ ਕੀਤਾ ਹੈ ਲੋਕ ਮੈਨੂੰ ਪਿਆਰ ਕਰਦੇ ਨੇ ਤੇ ਲੋਕਾਂ ਨੇ ਇਹ ਆਉਣ ਵਾਲੀ 11 ਤਰੀਕ ਨੂੰ 11 10 ਸੌਰੀ 10 ਮਾਰਚ ਨੂੰ ਇਹ ਦਿਖਾ ਦੇਣਾ ਹੈ 11 ਤਰੀਕ ਨੂੰ ਪਤਾ ਲੱਗ ਜਾਣਾ ਹੈ ਕਿ ਮੈਂ ਕਿੰਨਾ ਕੰਮ ਕੀਤਾ ਇੱਕ ਤਾਂ ਜਿਹੜਾ ਨਗਰ ਕੌਂਸਲ ਦਾ ਪ੍ਰੈਜ਼ੀਡੈਂਟ ਹੈ ਸ਼ੈਂਟੀ ਤੇ ਦੂਜਾ ਸਰਦਾਰ ਸਾਧੂ ਸਿੰਘ ਜੀ ਧਰਮਸੋਤ ਜਾ ਉਹਨਾਂ ਦਾ ਪੀਏ ਲਾ ਲੋ ਇਹ ਬੰਦਿਆਂ ਨੇ ਆਪਣਾ ਵਿਕਾਸ ਕੀਤਾ ਹੈ ਇਹ ਤਾਂ ਸਪੱਸ਼ਟ ਹੋ ਰਿਹਾ ਸਭ ਨੂੰ ਪਤਾ ਹੈ ਕਿ ਨਵੀਆਂ ਡਰਾਈਵਰਾਂ ਨਵੀਆਂ ਨੋਬਾਂ ਤੇ ਕਿੱਥੋਂ ਕਿੱਥੇ ਜਾਣਾ ਧਰਮਸੋਦ ਦਾ ਤੇ ਆਪਣੇ ਬੱਚੇ ਸੈਟਲ ਕਰਨੇ ਆਸਟ੍ਰੇਲੀਆ ਦੇ ਵਿੱਚ ਤੇ ਪ੍ਰਤੱਖ ਨੂੰ ਪ੍ਰਮਾਣ ਕੀ ਜੇ ਗੱਲ ਕੀਤੀ ਜਾਵੇ ਸਾਧੂ ਸਿੰਘ ਧਰਮਸੋਦ ਦੀ ਅੱਜ ਵੀ ਤੁਹਾਡੇ ਦਫ਼ਤਰ 'ਚ ਬੈਠੇ ਆ ਫੋਟੋਆਂ ਫਿਰ ਵੀ ਉਹਨਾਂ ਦੀਆਂ ਲੱਗੀਆਂ ਦਿਖ ਰਹੀਆਂ ਨੇ ਤੁਹਾਡੇ ਨਾਲ ਕੀ ਲੱਗ ਰਿਹਾ ਇਹ ਇਹ ਫੋਟੋਆਂ ਫਿਰ ਜਦੋਂ ਉਹਨਾਂ ਨੇ ਏਡੇ ਵੱਡੇ ਕੰਮ ਕੀਤੇ ਨੇ ਫੋਟੋਆਂ ਕਿਉਂ ਦਫ਼ਤਰ ਦੇ ਵਿੱਚ ਉਹਨਾਂ ਦੀਆਂ ਨਜ਼ਰ ਆ ਰਹੀਆਂ ਇੱਕੋ ਲਖਤ ਜਿਹੜੀ ਹੈ ਚੀਜ਼ ਨਹੀਂ ਸਿੱਟੀ ਜਾਂਦੀ ਨਹੀਂ ਕੱਢੀ ਜਾਂਦੀ ਤੇ ਜਦੋਂ ਬੰਦਾ ਮਰੇ ਜਾਂਦਾ ਤਾਂ ਉਹਦਾ ਮੁਕਰੇ ਜਾਂਦਾ ਤਾਂ ਮਰਿਆ ਬਰਾਬਰ ਹੋ ਜਾਂਦਾ ਤੇ ਸਾਡੇ ਮਨ ਦੇ ਵਿੱਚੋਂ ਸਭ ਸੇ ਨਿਕਲ ਗਿਆ ਉਹਦੇ ਫੋਟੋਵਾਂ ਲੱਗੀਆਂ ਜਾਂ ਨਾ ਲੱਗੀਆਂ ਦਾ ਕੋਈ ਮੈਨ ਨਹੀਂ ਰੱਖਦੀਆਂ ਥਾਈ ਕਮਾਂਡ ਵੱਲੋਂ ਉਹ ਇੱਕ ਮਨਿਸਟਰ ਦੀ ਟਿੱਡ ਤਾਂ ਕੱਟੀ ਨਹੀਂ ਗਈ ਜਿਨੇ 64 ਕਰੋੜ ਗਰੀਬਾਂ ਦਾ ਖਾ ਲਿਆ ਤੇ ਅੱਜ ਉਹ ਗਰੀਬਾਂ ਨੂੰ ਪਰਮਾਉਣ ਲਈ ਇੱਕ ਸੀਐਮ ਦਾ ਫੇਸ ਬਣਾ ਰਹੇ ਨੇ ਔਰ ਇਹਦਾ ਕਾਟੋ ਕਲੇਸ ਹੈ ਅੱਜ ਸੀਐਮ ਦਾ ਅਹੁਦਾ ਜਿਹੜਾ ਚੰਨੀ ਨੂੰ ਪੇਸ਼ ਕਰਤਾ ਸਿੱਧੂ ਬਾਜੂ ਸਿੱਧੂ ਨੂੰ ਪੇਸ਼ ਕਰਨ ਦੇ ਚੰਨੀ ਬਾਜੂ ਇਹਨਾਂ ਦੀ ਆਪਸੀ ਲੜਾਈ ਨੇ ਇਹਨਾਂ ਨੂੰ ਖਤਮ ਕਰਤਾ ਔਰ ਹੁਣ ਜਿੱਦਾਂ ਆਪਾਂ ਕਹਿੰਦੇ ਆ ਕੋਈ ਮਰੀਜ਼ ਹੈ ਜਦੋਂ ਉਹਨੂੰ ਕੋਈ ਅਟੈਕ ਹੋ ਜਾਂਦਾ ਤਾਂ ਆਪਾਂ ਇੱਕ ਉਹਨੂੰ ਕੋਸ਼ਿਸ਼ਾਂ ਕਰਦੇ ਆ ਉਹਨੂੰ ਗਲੂਕੋਜ਼ ਲਾਉਂਦੇ ਆ ਉਹਦਾ ਬੀਪੀ ਚੈੱਕ ਕਰਦੇ ਆ ਉਹਨੂੰ ਆਕਸੀਜਨ ਲਾਉਂਦੇ ਆ ਇਹ ਕਾਂਗਰਸ ਸਰਕਾਰ ਐਸ ਟਾਈਮ ਇਹਨੂੰ ਪੂਰਾ ਹੀ ਹਾਰਟ ਅਟੈਕ ਹੋ ਚੁੱਕਿਆ ਹੈ ਜਾਂ ਪੈਰਾਲਾਈਜ਼ ਹੋ ਚੁੱਕਿਆ ਹੈ ਉਹਨਾਂ ਸਪੈਰਲਾਈਜ਼ ਤੋਂ ਬਚਣ ਲਈ ਆਕਸੀਜਨ ਦੇ ਤੌਰ ਤੇ ਕਦੇ ਚੰਨੀ ਪੇਸ਼ ਕਰਦੇ ਨੇ ਕਦੇ ਸਿੱਧੂ ਪੇਸ਼ ਕਰਦੇ ਨੇ ਪਰੰਤੂ ਇਹਨਾਂ ਨੇ ਐਂਡ ਦੇ ਵਿੱਚ ਡੈੱਡ ਹੋਣਾ ਕਿੰਨੀਆਂ-ਕਿੰਨੀਆਂ ਪੋਸਟਾਂ ਲੰਘੀਆਂ ਸਾਡੀਆਂ ਸਾਡਾ ਬੈਂਕ ਬੈਲੈਂਸ ਚੈੱਕ ਕੀਤਾ ਜਾਵੇ ਸਾਡੇ ਕੋਲ ਕਦੇ 2 ਲੱਖ ਰੁਪਈਆ ਨਹੀਂ ਜੁੜਿਆ ਤੇ ਇੱਕ ਸਾਡੇ ਭਤੀਜੇ ਭੈਣ ਭਾਈਆਂ ਕੋਲ ਚੱਕ ਲਓਥੇ ਨਹੀਂ ਜੁੜਿਆ ਤੇ ਕਿ 111 ਦਿਨ ਬੰਦਾ ਸੀਐਮ ਰਹਿੰਦਾ ਤੇ ਉਹਦੇ ਸਕੇ ਭਤੀਜੇ ਦੇ ਕੋਲੋਂ 10 ਕਰੋੜ ਰੁਪਇਆ ਫੜਿਆ ਜਾਣਾ ਔਰ ਈਡੀ ਨੇ ਉਹਦੇ ਵੱਲੋਂ ਚੱਕਿਆ ਜਾਣਾ ਤੇ ਤੁਸੀਂ ਕੀ ਵਿਸ਼ਵਾਸ ਕਰੋਗੇ ਤੇ ਕਿ ਇਹ ਵਿਕਾਸ ਕਰਨਗੇ ਜਿਹੜੀ ਅਸੀਂ ਹਲਾਵਾਂਗੇ ਜੋ ਭਗਵੰਤ ਮਾਨ ਬੈਠੂਗਾ ਉਹ ਚੋਂ ਨਵੀਆਂ ਨੌਕਰੀਆਂ ਔਰ ਜਿਹੜਾ ਹੈਗਾ ਭ੍ਰੇਸ਼ਾਚਾਰ ਮੁਕਤ ਪੰਜਾਬ ਨਵੇਂ ਪੰਜਾਬ ਦੀ ਸਜਣਾ ਹੋਊਗੀ ਸਰ ਦੀ ਕੁਰਸੀ ਤੋਂ ਪਰ ਆਰਐਸਐਸ ਦੀ ਬੀਟ ਹੈ ਟੀਮ ਕਹੀ ਜਾ ਰਹੀ ਹੈ ਮੋਦੀ ਦੀ ਬੀ ਟੀਮ ਕਹੀ ਸਾਸੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਮਨਵਿੰਦਰ ਸਿੰਘ ਟਿਵਾਣਾ ਵਿਧਾਨ ਸਭਾ ਚੋਣਾਂ 2022 ਜਿਸ ਦਾ ਬਿਗਲ ਵੱਜ ਚੁੱਕਿਆ ਹੈ ਰਾਜਨੀਤਿਕ ਪਾਰਟੀਆਂ ਅਖਾੜੇ ਚ ਉਤਰ ਚੁੱਕੀਆਂ ਨੇ ਮੌਸਮ ਭਾਵੇਂ ਠੰਡ ਦਾ ਹੈ ਪਰ ਮਾਹੌਲ ਗਰਮਾ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਤੇਜਪਾਲ ਸਿੰਘ ਗੋਗੀ ਟਿਵਾਣਾ ਨੇ ਜੋ ਕਿ ਕਾਂਗਰਸ ਦੇ ਥੰਮ ਮੰਨੇ ਜਾਂਦੇ ਸੀਗੇ ਪਿੰਡ ਦੇ ਸਰਪੰਚ ਵੀ ਰਹੇ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਨੇ ਸੋ ਇਹਨਾਂ ਨੇ ਕੁਝ ਦਿਨ ਪਹਿਲਾਂ ਬੀਤੇ ਦਿਨੀ ਕਾਂਗਰਸ ਦਾ ਸਾਤ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਇਹਨਾਂ ਨਾਲ ਗੱਲ ਕਰਦੇ ਹਾਂ ਕੀ ਕਾਰਨ ਸੀਗੇ ਕਿਉਂ ਕਾਂਗਰਸ ਨੂੰ ਛੱਡਿਆ ਤਾਂ ਕਿ ਇਲਾਕੇ 'ਚ ਲੋਕ ਵੱਡਾ ਥੰਮ ਮੰਨਦੇ ਸੀਗੇ ਕਾਂਗਰਸ ਦਾ ਇਹਨਾਂ ਨੂੰ ਗੱਲ ਕਰਦੇ ਹਾਂ ਬਾਈ ਜੀ ਨਾਲ ਹਾਂਜੀ ਵੀਰ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਖਾਲਸਾ ਸ਼ਿਰ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਸਵਾਲ ਹੈ ਇਹੀ ਬਾਈ ਜੀ ਕਾਂਗਰਸ ਚ ਵੱਡਾ ਨਾਂ ਸੀਗਾ ਵੱਡਾ ਚਿਹਰਾ ਸੀਗਾ ਲੋਕ ਇਲਾਕੇ ਦੇ ਕੰਮ ਕਰਵਾਉਣ ਦੇ ਲਈ ਤੁਹਾਡੇ ਕੋਲ ਆਉਂਦੇ ਸੀਗੇ ਕੋਈ ਵੀ ਕੰਮ ਸੀਗਾ ਤੁਹਾਡੇ ਕੋਲ ਪਹੁੰਚ ਕਰਦੇ ਸੀਗੇ ਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਕਿਉਂ ਜੁਆਇਨ ਕੀਤੀ ਸਭ ਤੋਂ ਪਹਿਲਾਂ ਤਾਂ ਮੈਂ ਮਨਿੰਦਰ ਜੀ ਪੰਜਾਬੀ ਲੋਕ ਚੈਨਲ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੀ ਵਿਸ਼ੇਸ਼ ਤੌਰ ਤੇ ਟੀਮ ਮੇਰੇ ਕੋਲ ਪਹੁੰਚੀ ਆ ਮੇਰੇ ਵਿਚਾਰ ਲੈਣ ਲਈ ਦੂਜੀ ਗੱਲ ਇਹ ਹੈ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚ ਉਹਨੂੰ ਛੱਡ ਕੇ ਜਿਹੜੀ ਹੈ ਆਮ ਪਾਰਟੀ ਜੁਆਇਨ ਕਿਉਂ ਕੀਤੀ ਅਸੀਂ ਕਾਂਗਰਸ ਦੇ ਮੁੱਢ ਤੋਂ ਹੀ ਵਰਕਰਾਂ ਤੇ ਬਹੁਤ ਹੀ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਸੀ ਸਮੇਂ ਦੇ ਦੌਰਾਨ ਅਸੀਂ ਕੈਪਟਨ ਮਹਿੰਦਰ ਸਿੰਘ ਤੇ ਮਹਾਰਾਣੀ ਪੰਨੀਤ ਕੌਰ ਜੀ ਦੇ ਫੈਨ ਸੀ ਤੇ ਕੁਝ ਕਰਨਾ ਵਾਪਰੀ ਕਿ ਮਹਾਰਾਜ ਸਾਹਿਬ ਨੂੰ ਅਸਤੀਫਾ ਦੇਣਾ ਪਿਆ ਤੇ ਉਹ ਇਸ ਪਾਰਟੀ ਨੂੰ ਅਲਵਿਦਾ ਕਹਿ ਕੇ ਛੱਡ ਕੇ ਚਲੇ ਗਏ ਦੂਜਾ ਕਾਰਨ ਜੋ ਸਾਡੇ ਹਲਕੇ ਦੇ ਮਿਨਿਸਟਰ ਨੇ ਸਰਦਾਰ ਸਾਧੂ ਸਿੰਘ ਜੀ ਧਰਮਸੋਤ ਉਹ ਬਹੁਤ ਹੀ ਵੱਡੇ ਉਹਨਾਂ ਨੇ ਕਰਪਸ਼ਨ ਕੀਤੀ ਐਸੀ ਵਰਗ ਦੀ ਜੋ ਗਰੀਬ ਲੋਕ ਨੇ ਜਿਨ੍ਹਾਂ ਕੋਲ ਆਪਣੇ ਲਈ ਕੱਚੇ ਘਰ ਨੇ ਜਿਨ੍ਹਾਂ ਕੋਲ ਆਪਣੇ ਪੜਨ ਲਈ ਕੋਈ ਪੈਸਾ ਨਹੀਂ ਉਸ ਉਹਨਾਂ ਦੀ ਪੂਰਤੀ ਕਰਨ ਦੀ ਜੋ ਸੈਂਟਰ ਸਰਕਾਰ ਪੈਸਾ ਭੇਜਦੀ ਹੈ ਇੱਕ ਐਸੀ ਹੋਣ ਦੇ ਨਾਤੇ ਮਿਨਿਸਟਰ ਦੇ ਐਸੀ ਹੋਣ ਦੇ ਨਾਤੇ ਉਹਨਾਂ ਨੇ ਉਹਨਾਂ ਗਰੀਬ ਲੋਕਾਂ ਦੇ ਪਿੱਠੇ 'ਚ ਛੁਰਾ ਮਾਰਿਆ ਤੇ ਉਹਨਾਂ ਦੀ ਜੋ ਵਜੀਫਾ ਸੀ 64000 64 ਕਰੋੜ ਰੁਪਿਆ ਉਹ ਜਿਹੜਾ ਹੈ ਉਹਦਾ ਕਪੜਾ ਕੀਤਾ ਤੇ ਉਸ ਦੇ ਦੁੱਖ ਵਜੋਂ ਅਸੀਂ ਹਾਈ ਕਮਾਂਡ ਨੂੰ ਮਧੇ ਨਜ਼ਰ ਇਲੈਕਸ਼ਨ ਦੇ ਅਸੀਂ ਬੇਨਤੀ ਕੀਤੀ ਅਪੀਲ ਕੀਤੀ ਔਰ ਮੈਂ ਇਕੱਲੇ ਨਹੀਂ ਕੀਤੀ ਸਾਡੇ ਇਲਾਕੇ ਦੇ ਬਹੁਤ ਹੀ ਮੋਤਵਰ ਵਿਅਕਤੀ ਸਰਦਾਰ ਹਰਵਿੰਦਰ ਸਿੰਘ ਜੀ ਖਨੌੜਾ ਮਹੰਤ ਬਾਬਾ ਜੀ ਉਹਨਾਂ ਨੇ ਆਪਣੀ ਰਹਿਨਮਾਈ ਹੇਠ ਬਹੁਤ ਵੱਡਾ ਇੱਕ ਵਿਸ਼ਾਲ ਇਕੱਠ ਕੀਤਾ ਜਿਹਦੇ ਵਿੱਚ ਇਲਾਕੇ ਦੇ 200 ਦੇ ਕਰੀਬ ਮੋਤਵਰ ਵਿਅਕਤੀ ਇਕੱਠੇ ਹੋਏ ਤੇ ਸਾਰਿਆਂ ਨੇ ਹੀ ਹਾਈ ਕਮਾਂਡ ਨੂੰ ਮੈਸੇਜ ਭੇਜਿਆ ਸਨੇਹਾ ਲਾਇਆ ਜੋ ਇਥੇ ਅਬਜ਼ਰਵਰ ਸਾਹਿਬ ਆਏ ਉਹਨਾਂ ਨੂੰ ਜਾਣੂ ਕਰਵਾਇਆ ਕਿ ਸਦਾ ਸਾਧੂ ਸਿੰਘ ਤਾਂਸੋ ਨੂੰ ਜੇ ਤੁਸੀਂ ਟਿਕਟ ਦਿੰਦੇ ਹੋ ਤਾਂ ਬਹੁਤ ਵੱਡੀ ਪ੍ਰੋਬਲਮ ਹੋਊਗੀ ਆਪਣੀ ਨਾਬਾ ਸੀਟ ਹਲਕੇ ਤੋਂ ਤਾਂ ਹੋਣੀ ਹੀ ਹੋਣੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਐਸੀ ਵਰਗ ਦੇ ਵਿੱਚ ਪੂਰਾ ਰੋਸ ਪਾਇਆ ਜਾ ਰਿਹਾ ਕਿ ਤੁਸੀਂ ਇਹਨਾਂ ਨੂੰ ਟਿਕਟ ਨਾ ਦਿਓ ਇਹਨਾਂ ਦੀ ਜਗ੍ਹਾ ਤੇ ਹੋਰ ਬਹੁਤ ਹਜ਼ਾਰਾਂ ਕੈਂਡੀਡੇਟ ਨੇ ਕਾਂਗਰਸ ਪਾਰਟੀ ਬਹੁਤ ਵੱਡੀ ਪਾਰਟੀ ਸੀ ਤਾਂ ਕਿ ਇਹਨਾਂ ਨੂੰ ਇਥੋਂ ਚੇਂਜ ਕਰ ਦਿਓ ਤੇ ਇਹਨਾਂ ਨੂੰ ਟਿਕਟ ਨਾ ਦਿਓ ਪਰੰਤੂ ਹਾਈ ਕਮਾਂਡ ਨੇ ਸਾਡੀ ਇੱਕ ਨਾ ਸੁਣੀ ਅਸੀਂ ਮਿਸੇ ਨਵਜੋਤ ਸਿੱਧੂ ਦੇ ਕੋਲ ਵੀ ਆਪਣਾ ਜਿਹੜਾ ਪੱਖ ਰੱਖਿਆ ਤੇ ਜਿੱਥੇ ਨਵਜੋਤ ਸਿੱਧੂ ਜੀ ਦਾ ਸਾਨੂੰ ਬੜਾ ਵਿਸ਼ਵਾਸ ਸੀ ਕਿ ਉਹ ਕਹਿੰਦੇ ਨੇ ਕਿ ਇੱਕ ਪੰਜਾਬ ਮਾਡਲ ਮੈਂ ਬਣਾਉਣਾ ਹੈ ਜਿਹਦੇ ਵਿੱਚ ਕਰਪਟ ਨੇ ਜਿਹੜੇ ਭ੍ਰਿਸ਼ਟਾਚਾਰ ਲੋਗ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਪਰ ਉਹ ਐਸਾ ਇੱਕ ਵੀ ਨਹੀਂ ਹੋਇਆ ਕਿ ਕਰਪਟ ਦੀ ਜਗ੍ਹਾ ਤੇ ਜਿਹੜੇ ਮਿਹਨਤ ਕਾਸ਼ ਬੰਦੇ ਸੀ ਨਵੇਂ ਯੂਥ ਦੇ ਬੰਦੇ ਸੀ ਆਧਾਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਜਿੱਦਾਂ ਦਮਨ ਬਾਜਵਾ ਸੀ ਸਨਾ ਸਨਾਮ ਤੋਂ ਜਾਂ ਸਾਨੇਬਾਲ ਤੋਂ ਸਤਵਿੰਦਰ ਬੇਟੀ ਸੀ ਇਹਨਾਂ ਦੇ ਕੋਈ ਦੋਸ਼ ਨਹੀਂ ਹੈ ਕਪਲੇ ਦਾ ਇਹਨਾਂ ਦੀਆਂ ਅਜਿਆਂਆਂ ਦੀਆਂ ਮਰੀਕ ਸਿੰਘ ਢੱਲੋਂ ਵਰਗਿਆਂ ਦੀਆਂ ਸਾਡੇ ਦੇ ਟਿਕਟਾਂ ਕੱਟੀਆਂ ਗਈਆਂ ਪਰ ਤੂੰ ਜਿਹਦੇ ਤੇ ਦੋਸ਼ ਦੀ ਤੇ ਉਸ ਹਲਕੇ ਦੇ ਸਾਰੇ ਹੀ ਮੋਤਵਰ ਮੌਜੂਦ ਵਿਅਕਤੀ ਅਤਰਾਜ ਪਕਟਾਉਂਦੇ ਸੀ ਉਹਨੂੰ ਟਿਕਟ ਮਿਲ ਗਈ ਇਹਦਾ ਮਤਲਬ ਸਿੱਧਾ ਸਪਸ਼ਟ ਹੁੰਦਾ ਹੈ ਕਿ ਨਾ ਪੰਜਾਬ ਦੇ ਵਿੱਚ ਸਿੱਧੂ ਮਾਡਲ ਚੱਲਿਆ ਔਰ ਭ੍ਰਿਸ਼ਟਾਚਾਰੀ ਉਦਾਂ ਦੀ ਹੋ ਰਹੀ ਔਰ ਜਿਹੜੇ ਕਰਪਟ ਮੰਦੇ ਸੀ ਉਹਨਾਂ ਨੂੰ ਟਿਕਟ ਮਿਲ ਗਈ ਔਰ ਸਾਡੇ ਜਿਹੜੇ ਮੋਤਵਰ ਵਿਅਕਤੀ ਉਹਨਾਂ ਨੂੰ ਗੋਲੀਆਂ ਕਰਕੇ ਤੇ ਜਿਹੜੀ ਸਾਧੂ ਸਿੰਘ ਧਰਮ ਸੋਧ ਨੂੰ ਦੁਬਾਰਾ ਟੇਡ ਦੇਤੀ ਇਹਦੇ ਰੋਸ ਬਜੋਂ ਮੈਂ ਆਪਣਾ ਜਿਹੜਾ ਹੈ ਮੁਰਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਔਰ ਮੈਂ ਆਪਣੀ ਆਮ ਪਾਰਟੀ ਜੁਆਇਨ ਕੀਤੀ ਔਰ ਮੇਰੇ ਨਾਲ 10 15 ਬੰਦੇ ਮੇਰੇ ਨਾਲ ਚਲੇ ਗਏ ਔਰ ਹਰ ਰੋਜ਼ ਅਜ ਮਿਨਾਬਾ ਦੇ ਵਿੱਚੋਂ 35 40 ਮੌਜੂਜ਼ ਵਿਅਕਤੀ ਜਿਹੜੇ ਆਪਣਾ ਪੂਰਾ ਸਰਸੂਕ ਰੱਖਦੇ ਨੇ ਨਾਬਾ ਸ਼ਹਿਰ ਦੇ ਉਹ ਸਾਰੇ ਅੱਜ ਸਰਦਾਰ ਭਗਵੰਤ ਸਿੰਘ ਜਿਹੜੇ ਮਾਨ ਸਾਹਿਬ ਦੀ ਭੈਣ ਬੀਬਾ ਮਨਪੀਰ कौर ਜੇਕਰ ਜੁਆਇਨ ਕਰਗੇ ਤੇ ਇਹੀ ਕਾਰਨ ਰਿਹਾ ਕਿ ਜਿਹੜਾ ਹੈ ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ਪਾਈ ਗਈ ਨਾ ਹਾਈ ਕਮਾਂਡ ਵੱਲੋਂ ਨਾ ਨਵਜੋਤ ਸਿੱਧੂ ਸਿੰਘ ਜੀ ਵੱਲੋਂ ਤਾਂ ਅਸੀਂ ਇਸ ਨੂੰ ਅਲਵਿਦਾ ਕਹਤਾ ਤੇ ਅਸੀਂ ਨਵੀਂ ਪਾਰਟੀ ਜੁਆਇਨ ਕਰ ਲਈ ਪਰ 사ਦੂ ਸਿੰਘ ਧਰਮਸੋਦ ਜਿਹੜੇ ਵਿਧਾਇਕ ਨੇ ਇਥੋਂ ਦੇ ਸਾਬਕਾ ਕੈਬਨਿਟ ਮੰਤਰੀ ਨੇ ਉਹ ਤਾਂ ਕਹਿ ਰਹੇ ਨੇ ਕਿ ਵਿਕਾਸ ਦੇ ਨਾਂ ਤੇ ਲੋਕਾਂ ਨੇ ਵੋਟ ਦੇਣੀਆਂ ਮੈਂ ਵਿਕਾਸ ਬਹੁਤ ਕੀਤਾ ਹੈ ਲੋਕ ਮੈਨੂੰ ਪਿਆਰ ਕਰਦੇ ਨੇ ਤੇ ਲੋਕਾਂ ਨੇ ਇਹ ਆਉਣ ਵਾਲੀ 11 ਤਰੀਕ ਨੂੰ 11 10 ਸੌਰੀ 10 ਮਾਰਚ ਨੂੰ ਇਹ ਦਿਖਾ ਦੇਣਾ ਹੈ 11 ਤਰੀਕ ਨੂੰ ਪਤਾ ਲੱਗ ਜਾਣਾ ਹੈ ਕਿ ਮੈਂ ਕਿੰਨਾ ਕੰਮ ਕੀਤਾ ਹੈ ਜਿਹੜਾ ਵਿਕਾਸ ਹੋਇਆ ਜੀ ਟਵਾਣਾ ਜੀ ਤੁਸੀਂ ਆਪ ਜਾ ਕੇ ਦੇਖੋ ਨਬ ਦੇ ਵਿੱਚ ਚਾਰ ਦਰਵਾਜੇ ਬਣਾਏ ਨੇ ਉਹ ਤੋਂ ਮੇਨਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਵਿਕਾਸ ਹੋਇਆ ਵਿਕਾਸ ਦੋ ਬੰਦਿਆਂ ਦਾ ਹੋਇਆ ਇੱਕ ਤਾਂ ਜਿਹੜਾ ਨਗਰ ਕਾਉਂਸਲ ਦਾ ਪ੍ਰੈਜ਼ੀਡੈਂਟ ਹੈ ਸ਼ੈਂਟੀ ਤੇ ਦੂਜਾ ਸਰਦਾ ਸਾਧੂ ਸਿੰਘ ਜੀ ਧਰਮਸੋਤ ਜੇ ਉਹਨਾਂ ਦਾ ਪੀਏ ਲਾ ਲਓ ਇਹ ਬੰਦਿਆਂ ਨੇ ਆਪਣਾ ਵਿਕਾਸ ਕੀਤਾ ਇਲਾਕੇ ਦਾ ਕੋਈ ਵਿਕਾਸ ਨਹੀਂ ਕੀਤਾ ਜੇ ਵਿਕਾਸ ਕੀਤਾ ਹੁੰਦਾ ਤਾਂ ਅੱਜ ਸਾਧੂ ਸਿੰਘ ਧਰਮਸੋਤ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਨੇ ਤਾਂ ਕਾਲੇ ਝੰਡੇ ਉਹਨਾਂ ਦੇ ਲੈ ਕੇ ਲੋਕ ਮਗਰ ਭਸਦੇ ਨੇ ਤੇ ਵਿਕਾਸ ਕੀਤਾ ਹੁੰਦਾ ਤਾਂ ਉਹਨਾਂ ਨੂੰ ਕਿਤੇ ਵੋਟਾਂ ਮੰਗਣ ਦੀ ਲੋੜ ਨਹੀਂ ਸੀ ਪੈਣੀ ਘਰੇ ਬਹਿ ਕੇ ਉਹ ਜਿੱਤਦੇ ਪਰੰਤੂ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਰੋਕਿਆ ਜਾਂਦਾ ਤੇ ਇਹ ਜਿਹੜਾ ਵਿਕਾਸ ਆ ਉਹਨਾਂ ਦਾ ਉਹ ਤਾਂ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਦੀ ਚਾਲ ਆ ਇਹ ਉਹਨਾਂ ਦੇ ਬੰਦੇ ਨੇ ਦੇਖੋ ਮੈਂ ਕਾਂਗਰਸ ਦਾ ਬੰਦਾ ਕੱਲ ਰੈਮਲ ਮਾਜਰੀ ਅਸੀਂ ਸਰਦਾਰ ਗੁਰਦੇਵ ਸਿੰਘ ਦੇਮਾਨ ਨਾਲ ਪਿੰਡਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਡੋਰ ਕੰਪੇਨ ਕਰ ਰਹੇ ਸੀ ਤਾਂ ਅਸੀਂ ਉੱਥੋਂ ਨਿਕਲੇ ਤਾਂ 10 ਮਿੰਟ ਬਾਅਦ ਸਾਧੂ ਸਿੰਘ ਜੀ ਆ ਗਏ ਤਾਂ ਉਹਨਾਂ ਦੇ ਮਗਰ ਲੋਕ ਭੱਜਲੇ ਅਸੀਂ ਉੱਥੇ ਗਏ ਤਾਂ ਸਾਨੂੰ ਲੋਕਾਂ ਨੇ ਹੱਥਾਂ ਦੇ ਚੱਕੇ ਆ ਲੱਡੂਆਂ ਨਾਲ ਤੋਲਿਆ ਡਕੌਂਡੇ ਚ ਗਏ ਅਸੀਂ ਟੌੜੇ ਚ ਗਏ ਬਹੁਤ ਭਾਰੀ ਇਕੱਠ ਹੋਏ ਤੇ ਸਾਧੂ ਸਿੰਘ ਧਰਮਸੋਸ ਸਾਈਏਵਾਲ ਪਿੰਡ ਵਿੱਚ ਗਏ ਸਾਈਏਵਾਲ ਪਿੰਡ ਵਿੱਚ ਵੀ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਉਸ ਤੋਂ ਪਹਿਲਾਂ ਮੱਲੇਵਾਲ ਪਿੰਡ ਦੇ ਵਿੱਚ ਮਤਾ ਪਾਇਆ ਗਿਆ ਕਿ ਇਹਨੂੰ ਪਿੰਡ ਚ ਨਾ ਬਣਨ ਦਿੱਤਾ ਜਾਵੇ ਅਗੌਲ ਪਿੰਡ ਦੇ ਵਿੱਚ ਵੀ ਇਹਦੇ ਵਿਰੁੱਧ ਮਤਾ ਪਾਇਆ ਗਿਆ ਹਰੇਕ ਪਿੰਡ ਦੇ ਵਿੱਚ ਇਹਦੀ ਪੂਰੀ ਵਿਰੋਧ ਹੈ ਕੋਈ ਔਰ ਜੋ ਇਹਨੇ 40 ਕਰੋੜ ਦਾ ਕਪੜਾ ਕੀਤਾ ਉਹਦਾ ਐਸਸੀ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਤੇ ਤੁਸੀਂ ਟਮਾਰਾ ਜੀ ਜੋ 10 ਮਾਰਚ ਦੀ ਗੱਲ ਕਰਦੇ ਹੋ ਇਹ ਤਾਂ ਹੁਣੇ ਸਪਸ਼ਟ ਹੋ ਗਿਆ ਕਿ ਕਾਂਗਰਸ ਪਾਰਟੀ ਹੈ ਜਿਹੜੀ ਉਹ ਤੀਜੇ ਨੰਬਰ ਤੇ ਇਥੋਂ ਤੇ ਕਾਲੀਦਾਲ ਦੂਜੇ ਨੰਬਰ ਤੇ ਆ ਪਹਿਲੇ ਨੰਬਰ ਤੇ ਆ ਆਮ ਆਦਮੀ ਪਾਰਟੀ ਹੈ ਔਰ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਹੀ ਪਿੰਡਾਂ ਨਾਲ ਕੰਪੀਟੀਸ਼ਨ ਹੈ ਕਿ ਦਿੱਤੂਬਰ ਜੱਟਾਂ ਤੋਂ ਕਿੰਨੀ ਲੀਡ ਨਾਲ ਜਿੱਤ ਰਹੀ ਹੈ ਤੇ ਡਕੌਂਡੇ ਤੋਂ ਕਿੰਨੀ ਲੀਡ ਨਾਲ ਜਿੱਤ ਰਹੀ ਹੈ ਆਪਸ ਦੇ ਵਿੱਚ ਆਮ ਪਾਰਟੀ ਦੇ ਵਰਕਰ ਇਹਨੇ ਉਤਸ਼ਾਹ ਨਾਲ ਇਹ ਆਪਸ ਦੇ ਵਿੱਚ ਕੰਪੀਟੀਸ਼ਨ ਕਰ ਰਹੇ ਨੇ ਨਾ ਕਿ ਹੋਰ ਕਿਸੇ ਹੋਰ ਪਾਰਟੀ ਨਾਲ ਤੇ ਜੇ ਦੇਖਿਆ ਜਾਵੇ 64 ਕਰੋੜ ਦੀ ਗੱਲ ਕੀਤੀ ਜਾਂਦੀ ਉਹ ਤਾਂ ਕਹਿੰਦੇ ਸਾਨੂੰ ਕਲੀਨ ਚਿੱਟ ਮਿਲਗੀ ਕੋਈ ਘਪਲਾ ਸਾਫਤ ਹੋਇਆ ਹੀ ਨਹੀਂ ਇਹ ਤਾਂ ਵਿਰੋਧੀਆਂ ਦੀਆਂ ਚਾਲਾਂ ਨੇ ਕਲੀਨ ਚਿੱਟਾ ਜਿਹੜੀ ਉਹ ਸਰਦਾਰ ਸਾਡੇ ਕੈਪਟਨ ਮਿੰਦਰ ਸਿੰਘ ਜੀ ਨੇ ਦਿੱਤੀ ਸੀ ਉਹ ਸੀਐਮਸੀ ਪਾਰਟੀ ਦੇ ਤੇ ਆਪਣੀ ਪਾਰਟੀ ਦੀ ਆਪੇ ਹੀ ਕਲੀਨ ਚਿੱਟ ਦੇਤੀ ਹੁਣ ਸੀਬੀਆਈ ਦੀ ਜਾਂਚ ਚੱਲ ਰਹੀ ਹੈ ਜਦੋਂ ਸੀਬੀਆਈ ਦੀ ਜਾਂਚ ਦੇ ਵਿੱਚ ਕਲੀਨ ਚਿੱਟ ਮਿਲੂ ਉਦੋਂ ਦੇਖਾਂਗੇ ਇਹ ਤਾਂ ਸਪਸ਼ਟ ਹੋ ਰਿਹਾ ਸਭ ਨੂੰ ਪਤਾ ਹੈ ਕਿ ਨਵੇਂ ਆ ਡਰਾਈਵਰਾਂ ਨਵੇਂ ਆ ਨੋਬਾਂ ਤੇ ਕਿੱਥੋਂ ਕਿੱਥੇ ਜਾਣਾ ਧਰਮ ਸੋਦਾ ਤੇ ਆਪਣੇ ਬੱਚੇ ਸੈਟਲ ਕਰਨੇ ਆਸਟ੍ਰੇਲੀਆ ਦੇ ਵਿੱਚ ਤੇ ਪਰਤਖ ਨੂੰ ਪ੍ਰਮਾਣ ਕੀ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਦਾ 64 ਕੱਲਾ 64 ਕਰੋੜ ਰੁਪਇਆ ਤਾਂ ਐਸ்சி ਭਾਈਚਾਰੇ ਦਾ ਹੈ ਉਹ ਤੋਂ ਵਿੱਚੋਂ ਕਈ ਹਜ਼ਾਰ ਕਰੋੜ ਰੁਪਇਆ ਜਿਹੜੀ ਹੋਰ ਕਰਾਪਸ਼ਨ ਐਨੇ ਜਿਹੜੇ ਉਹਨਾਂ ਦੇ ਕੋਲ ਹੈਗੇ ਸੀ ਵਿਭਾਗਾਂ ਵਿੱਚ ਜਿਹੜੀ ਕੀਤੀ ਗਈ ਆ ਹਲੇ ਤਾਂ ਉਹਨਾਂ ਦੀ ਪਰਤਾਲ ਜਦੋਂ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਜੀ ਮਾਨ ਬਣਨਗੇ ਤੇ ਉਹਨਾਂ ਦੀ ਸਮੁੱਚੀ ਟੀਮ ਆਊਗੀ ਹੋਂ ਦੇ ਵਿੱਚ ਤਾਂ ਉਦੋਂ ਇਹ ਹਰ ਇੱਕ ਚੀਜ਼ ਦਾ ਕੱਲੀ ਕੱਲੀ ਚੀਜ਼ ਦਾ ਜਵਾਬ ਲਿਆ ਜਾਏਗਾ ਤੇ ਲੋਕਾਂ ਦੇ ਸਾਹਮਣੇ ਪ੍ਰਤੱਖ ਪੇਸ਼ ਕੀਤਾ ਜਾਊਗਾ ਕਿ ਕੱਲਾ 64 ਕਰੋੜ ਦਾ ਪਲਾਨੀ ਕਿੰਨੇ 1000 64 ਕਰੋੜ ਦਾ ਪਲਾਨ ਉਹ ਬਾਅਦ ਵਿੱਚ ਪਤਾ ਲੱਗੂਗਾ ਜੀ ਜੇ ਗੱਲ ਕੀਤੀ ਜਾਵੇ ਸਾਧੂ ਸਿੰਘ ਧਰਮਸੋਧ ਦੀ ਅੱਜ ਵੀ ਤੁਹਾਡੇ ਦਫ਼ਤਰ 'ਚ ਬੈਠੇ ਆ ਫੋਟੋਆਂ ਫਿਰ ਵੀ ਉਹਨਾਂ ਦੀਆਂ ਲੱਗੀਆਂ ਦਿਖ ਰਹੀਆਂ ਨੇ ਤੁਹਾਡੇ ਨਾਲ ਕੀ ਲੱਗ ਰਿਹਾ ਇਹ ਇਹ ਫੋਟੋਆਂ ਫਿਰ ਜਦੋਂ ਉਹਨਾਂ ਨੇ ਏਡੇ ਵੱਡੇ ਕੰਮ ਕੀਤੇ ਨੇ ਫੋਟੋਆਂ ਕਿਉਂ ਦਫ਼ਤਰ ਦੇ ਵਿੱਚ ਉਹਨਾਂ ਦੀਆਂ ਨਜ਼ਰ ਆ ਰਹੀਆਂ ਨੇ ਦੇਖੋ ਅਸੀਂ ਬਹੁਤ ਪੁਰਾਣੇ ਵਰਕਰ ਸੀ ਇੱਕੋ ਲਖਤ ਜਿਹੜੀ ਹੈ ਚੀਜ਼ ਨਹੀਂ ਸਿੱਟੀ ਜਾਂਦੀ ਨਹੀਂ ਕੱਢੀ ਜਾਂਦੀ ਮੇਰੇ ਬਹੁਤ ਸਾਰੇ ਦੋਸਤ ਵੀ ਆਉਂਦੇ ਨੇ ਇੱਥੇ ਮੈਂ ਮਾਲਵਾ ਵੈਲਫੇਅਰ ਐਂਡ ਸਪੋਰਟਸ ਕਲੱਬ ਦਾ ਪ੍ਰੈਜ਼ੀਡੈਂਟ ਵੀ ਰਿਹਾ ਤੇ ਸਾਧੂ ਸਿੰਘ ਦੇ ਨਾਲ ਜਾਂ ਕੈਪਟਨ ਮਹਿੰਦਰ ਸਿੰਘ ਦੇ ਨਾਲ ਸਾਡੇ ਜੋ ਸਨੈਪਸ ਨੇ ਉਹ ਮੇਰੇ ਹੋਰ ਵੀ ਕਈ ਯਾਰ ਦੋਸਤ ਨੇ ਜਿਹੜੇ ਹਲੇ ਵੀ ਬਾਬਕੇ ਕਾਂਗਰਸ 'ਚ ਬੈਠੇ ਹੋਏ ਨੇ ਉਹਦੇ ਫੋਟੋ ਵੀ ਨਾਲ ਨੇ ਕਈ ਨੇ ਮੈਨੂੰ ਸਲਾਹ ਵੀ ਦਿੱਤੀ ਵੀ ਇਹ ਫੋਟੋ ਪਰੇ ਕਰ ਦਿਓ ਰੰਗ ਲਾ ਦਿਓ ਤੇ ਮੈਂ ਕਿਹਾ ਜਿਹੜਾ ਬੰਦਾ ਆਪਣੇ ਦਿਲ 'ਚੋਂ ਹੀ ਪਰੇ ਕਰ ਦਈਏ ਉਹ ਫੋਟੋ ਕੀ ਉਹਦੀ ਲੱਗੀ ਜਾਂ ਨਾ ਲੱਗੀ ਇੱਕ ਬਰਾਬਰ ਹੀ ਆ ਤੇ ਜਦੋਂ ਬੰਦਾ ਮਰੇ ਜਾਂਦਾ ਤਾਂ ਉਹਦਾ ਮੁਕਰੇ ਜਾਂਦਾ ਤਾਂ ਮਰੇ ਬਰਾਬਰ ਹੋ ਜਾਂਦਾ ਤੇ ਸਾਡੇ ਮਨ ਦੇ ਵਿੱਚੋਂ ਸਭ ਸੇ ਨਿਕਲ ਗਿਆ ਉਹਨਾਂ ਦੇ ਫੋਟੋ ਉਰੇ ਲੱਗੀਆਂ ਜਾਂ ਨਾ ਲੱਗੀਆਂ ਦਾ ਕੋਈ ਮੈਨ ਨਹੀਂ ਰੱਖਦੀਆਂ ਤੇ ਵੈਸੇ ਵੀ ਹੌਲੀ-ਹੌਲੀ ਫੋਟੋਆਂ ਵੀ ਇੱਥੇ ਸਰਦਾਰ ਭਗਤ ਸਿੰਘ ਮਾਨ ਦੀਆਂ ਫੋਟੋਆਂ ਜਾਣੀਆਂ ਨੇ ਚੇਂਜ ਹੋ ਜਾਣੀਆਂ ਨੇ ਜੀ ਜੀ ਅ ਅੱਜ ਰਾਹੁਲ ਗਾਂਧੀ ਵੱਲੋਂ सीएम ਦਾ ਚਿਹਰਾ ਐਲਾਨ ਕੀਤਾ ਗਿਆ ਹੈ ਚਰਨਜੀਤ ਸਿੰਘ ਚੰਨੀ ਕਿਹਾ ਜਾ ਰਿਹਾ ਹੈ ਦਲਿਤ ਪਰਿਵਾਰ ਚੋਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਰੁਝਾਨ ਆ ਜਿਹੜਾ ਲੋਕਾਂ ਦਾ ਉਸ ਤਰਫ ਜਾਊਗਾ ਦਲਿਤ ਦਾ ਨਾਂ ਹੈ ਜਿਹੜਾ ਵਰਤਿਆ ਜਾ ਰਿਹਾ ਪੱਤਾ ਖੇਡਿਆ ਜਾ ਰਿਹਾ ਇੱਕ ਦੇਖੋ ਜੀ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਰੀਆਂ ਫੋਕੀਆਂ ਗੱਲਾਂ ਨੇ ਇਹ ਕਿਉਂਕਿ ਅਸੀਂ ਇੱਕ ਦਲਿਤ ਦਾ 64 ਕਰੋੜ ਖਾਣ ਵਾਲੇ ਮਨਿਸਟਰ ਦੀ ਟਿੱਕਟ ਮੰਗਣ ਲਈ ਬਿਟੇਟ ਕੱਟਾਂ ਲਈ ਅਸੀਂ ਹਾਈ ਕਮਾਂਡ ਨੂੰ ਬੇਨਤੀ ਕੀਤੀ ਸੀ ਹਾਈ ਕਮਾਂਡ ਵੱਲੋਂ ਉਹ ਇੱਕ ਮਨਿਸਟਰ ਦੀ ਟਿੱਟ ਤਾਂ ਕੱਟੀ ਨਹੀਂ ਗਈ ਜਿਹਨੇ 64 ਕਰੋੜ ਗਰੀਬਾਂ ਦਾ ਖਾ ਲਿਆ ਤੇ ਅੱਜ ਉਹ ਗਰੀਬਾਂ ਨੂੰ ਪਰਮਾਉਣ ਲਈ ਇੱਕ ਸੀਐਮ ਦਾ ਫੇਸ ਬਣਾ ਰਹੇ ਨੇ ਔਰ ਇਹਦਾ ਕਾਟੋ ਕਲੇਸ ਹੈ ਅੱਜ ਸੀਐਮ ਦਾ ਅਹੁਦਾ ਜਿਹੜਾ ਚੰਨੀ ਨੂੰ ਪੇਸ਼ ਕਰਤਾ ਸਿੱਧੂ ਬਾਜੂ ਸਿੱਧੂ ਨੂੰ ਪੇਸ਼ ਕਰਨ ਦੇ ਚੰਨੀ ਬਾਜੂ ਇਹਨਾਂ ਦੀ ਆਪਸੀ ਲੜਾਈ ਨੇ ਇਹਨਾਂ ਨੂੰ ਖਤਮ ਕਰਤਾ ਔਰ ਹੁਣ ਜਿੱਦਾਂ ਆਪਾਂ ਕਹਿੰਦੇ ਕੋਈ ਮਰੀਜ਼ ਹੈ ਜਦੋਂ ਉਹਨੂੰ ਕੋਈ ਅਟੈਕ ਹੋ ਜਾਂਦਾ ਤਾਂ ਆਪਾਂ ਇੱਕ ਉਹਨੂੰ ਕੋਸ਼ਿਸ਼ਾਂ ਕਰਦੇ ਆ ਉਹਨੂੰ ਗਲੂਕੋਜ਼ ਲਾਉਂਦੇ ਆ ਉਹਦਾ ਬੀਪੀ ਚੈੱਕ ਕਰਦੇ ਆ ਉਹਨੂੰ ਆਕਸੀਜਨ ਲਾਉਂਦੇ ਆ ਇਹ ਕਾਂਗਰਸ ਸਰਕਾਰ ਐਸ ਟਾਈਮ ਇਹਨੂੰ ਪੂਰਾ ਹੀ ਹਾਰਟ ਅਟੈਕ ਹੋ ਚੁੱਕਿਆ ਜਾਂ ਪੈਰਾਲਾਈਜ਼ ਹੋ ਚੁੱਕਿਆ ਇਹ ਉਸ ਪੈਰਾਲਾਈਜ਼ ਤੋਂ ਬਚਣ ਲਈ ਆਕਸੀਜਨ ਦੇ ਤੌਰ ਤੇ ਕਦੇ ਚੰਨੀ ਪੇਸ਼ ਕਰਦੇ ਨੇ ਕਦੇ ਸਿੱਧੂ ਪੇਸ਼ ਕਰਦੇ ਨੇ ਪਰੰਤੂ ਇਹਨਾਂ ਨੇ ਐਂਡ ਦੇ ਵਿੱਚ ਡੈੱਡ ਹੋਣਾ ਸਰਦਾਰ ਭਵੰਤ ਸਿੰਘ ਜੀ ਮਾਨ ਸੀਐਮ ਮਿਨਿਸਟਰ ਬਣਨਗੇ ਔਰ ਬਹੁਤ ਵੱਡਾ ਬੋਲ ਵਾਲਾ ਪਾਰਟੀ ਦਾ ਘੱਟੋ-ਕੱਟ 80 82 ਸੀਟਾਂ ਲੈ ਕੇ ਆਮ ਪਾਰਟੀ ਆਪਣੀ ਸਰਕਾਰ ਬਣਾਉਗੀ ਲੋਕਾਂ ਚ ਉਤਸ਼ਾਹ ਆ ਚਾਰ-ਚਾਰ ਸੌ ਬੰਦਾਂ ਦੀ ਰੋਜ਼ ਬੰਦਿਆਂ ਦੀ ਜੁਆਇਨਿੰਗ ਹੋ ਰਹੀ ਹੈ ਇਕੱਲੇ-ਇਕੱਲੇ ਹਲਕੇ ਦੇ ਵਿੱਚੋਂ ਚਾਹੇ ਮਨਾਬਾ ਹਲਕੇ ਦੀ ਗੱਲ ਕਰਾਂ ਚਾਹੇ ਮਾ ਪਟਿਆਲਾ 2 ਦੀ ਕਰਾਂ ਚਾਹੇ ਮਲੋਹ ਦੀ ਕਰਾਂ ਚਾਹੇ ਮ ਦਿੜਬੇ ਦੀ ਕਰਾਂ ਕਿਤੋਂ ਦੀ ਵੀ ਤੁਸੀਂ ਲਾ ਲਓ ਹਰ ਥਾਂ ਤੇ ਜਿਹੜੀ ਵੇਵ ਹੈ ਜਿਹੜੀ ਆਮ ਪਾਰਟੀ ਚੱਲ ਰਹੀ ਹੈ ਔਰ ਲੋਕਾਂ ਨੇ ਇੱਕ ਪੂਰਾ ਮਨ ਬਣਾ ਲਿਆ ਕਿ ਦੋਨੋਂ ਪਾਰਟੀਆਂ 40-40 ਸਾਲ 35-35 ਸਾਲ ਰਾਜ ਕਰ ਗਈਆਂ ਉਹਨਾਂ ਨੇ ਕੱਖ ਨਹੀਂ ਇੱਥੇ ਕੀਤਾ ਤਾਂ ਇੱਕ ਜਿਹੜੀ ਹੁਣ ਜਿਹੜੀ ਵਾਰੀ ਹੈ ਉਹ ਨਮੀ ਪਾਰਟੀ ਦੀ ਵਾਰੀ ਹੈ ਸਰਦਾਰ ਭਵਨ ਸਿੰਘ ਜੀ ਦੀ ਮਾਂ ਦੀ ਵਾਰੀ ਹੈ ਕੇਜਰੀਵਾਲ ਦੀ ਵਾਰੀ ਹੈ ਤੇ ਲੋਕ ਇਹਨਾਂ ਨੂੰ ਦੇਖਣਾ ਚਾਹੁੰਦੇ ਨੇ ਕਿ ਇਹ ਕਿੱਦਾਂ ਦਾ ਕੰਮ ਕਰਨਗੇ ਔਰ ਪੂਰਾ ਮਨ ਬਣ ਚੁੱਕਿਆ ਤੇ ਸਰਕਾਰ ਬਣਨੀ ਤੈ ਹੋ ਚੁੱਕੀ ਹੈ ਜੀ ਪਰ ਚਰਨਜੀਤ ਸਿੰਘ ਚੰਨੀ ਤਾਂ ਕਹਿੰਦੇ ਨੇ ਕਿ 111 ਦਿਨਾਂ ਚ 1100 ਦਿਨ ਜਿੰਨਾ ਕੰਮ ਕਰਤਾ ਆਮ ਘਰਾਣੇ ਚੋਂ ਆ ਮੈਂ ਆਮ ਪਰਿਵਾਰ ਚੋਂ ਆ ਮੈਂ ਹਰ ਇੱਕ ਕੰਮ ਕਰਦਾ ਰਿਹਾ ਹਾਂ ਰਿਕਸ਼ਾ ਤੱਕ ਮੈਂ ਚਲਾਉਂਦਾ ਰਿਹਾ ਟੈਂਟ ਮੈਂ ਲਾਉਂਦਾ ਰਿਹਾ ਸਪੀਕਰ ਮੈਂ ਲਾਉਂਦਾ ਰਿਹਾ ਇਦਾਂ ਦੇ ਬਹੁਤ ਸਾਰੇ ਕੰਮ ਨੇ ਜਿਹੜੇ ਉਹਨਾਂ ਵੱਲੋਂ ਗਣਾਏ ਜਾ ਰਹੇ ਨੇ ਕੀ ਲੱਗ ਰਿਹਾ ਆਮ ਪਰਿਵਾਰ ਚੋਂ ਹੀ ਨਹੀਂ ਦੇਖੋ ਹਰ ਇੱਕ ਬੰਦਾ ਕੰਮ ਕਰਦਾ ਹੈ ਮੈਂ ਇੱਕ ਹੇਠਲੇ ਲੈਵਲ ਤੋਂ ਚੱਲਿਆ ਹੋਇਆ ਮੈਂ ਕਹਿੰਦਾ ਜੀ ਕਿ ਮੈਂ ਟਰਾਂਸਪੋਰਟਰ ਹਾਂ ਤੇ ਮੈਂ ਬੱਸ ਚਲਾਉਣਾ ਤੇ ਮੈਂ ਪੱਠੇ ਵੀ ਵੜਦਾ ਰਿਹਾ ਮੈਂ ਮੱਝਾ ਵੀ ਪਾਉਂਦਾ ਰਿਹਾ ਮੈਂ ਕਿਸਾਨ ਹਾਂ ਮੈਂ ਟਰੈਕਟਰ ਚਲਾਉਣਾ ਹਰ ਇੱਕ ਬੰਦਾ ਨਪੁੰਨ ਹੁੰਦਾ ਆਪਣੇ ਖੇਤ ਦੇ ਵਿੱਚ ਕੋਈ ਵੱਧ ਕਰ ਲੈਂਦਾ ਕੋਈ ਘੱਟ ਕਰ ਲੈਂਦਾ ਪਰ ਮੈਂ ਇੱਕ ਗੱਲ ਕਹਿ ਚੰਨੀ ਜੀ ਨੂੰ 111 ਦੇ ਦਿਨਾਂ ਦੇ ਵਿੱਚ ਇੱਕ ਭਤੀਜੇ ਦੇ ਕੋਲੋਂ 10 ਕਰੋੜ ਰੁਪਇਆ ਬਰਾਮਦ ਹੋਣਾ ਇੱਥੇ ਅਸੀਂ ਸਾਰੇ ਮਰਗੇ ਕਿੰਨੀਆਂ-ਕਿੰਨੀਆਂ ਪੁਛਤਾ ਲੰਘੀਆਂ ਸਾਡੀਆਂ ਸਾਡਾ ਬੈਂਕ ਬੈਲੈਂਸ ਚੈੱਕ ਕੀਤਾ ਜਾਵੇ ਸਾਡੇ ਕੋਲ ਕਦੇ 2 ਲੱਖ ਰੁਪਇਆ ਨਹੀਂ ਜੁੜਿਆ ਤੇ ਇੱਕ ਸਾਡੇ ਭਤੀਜੇ ਭੈਣ ਭਾਈਆਂ ਕੋਲ ਚੱਕਰ ਲੋਥੇ ਨਹੀਂ ਜੁੜਿਆ ਤੇ ਕਿ 111 ਦਿਨ ਬੰਦਾ ਸੀਐਮ ਰਹਿੰਦਾ ਤੇ ਉਹਦੇ ਸਕੇ ਭਤੀਜੇ ਦੇ ਕੋਲੋਂ 10 ਕਰੋੜ ਰੁਪਇਆ ਫੜਿਆ ਜਾਣਾ ਔਰ ਈੜੀ ਨੇ ਉਹਦੇ ਵੱਲੋਂ ਚੱਕਿਆ ਜਾਣਾ ਤੇ ਤੁਸੀਂ ਕੀ ਵਿਸ਼ਵਾਸ ਕਰੋਗੇ ਤੇ ਕਿ ਇਹ ਵਿਕਾਸ ਕਰਨਗੇ ਤੇ ਸਭ ਝੂਠ ਹੈ ਇਹ ਖਤਮ ਹੋ ਚੁੱਕੀ ਪਾਰਟੀ ਹੈ ਇੱਥੇ ਆਮ ਪਾਰਟੀ ਨੇ ਆਉਣਾ ਹੈ ਆਮ ਪਾਰਟੀ ਨੇ ਕੰਮ ਕਰਨ ਦੇ ਤੇ ਲੋਕਾਂ ਨੂੰ ਪੂਰੀ ਰੀਲੀਫ ਦੇਣੀ ਹੈ ਤੇ ਲੋਕਾਂ ਨੂੰ ਇਸ ਚੀਜ਼ ਦਾ ਪੂਰਾ ਮਾਣ ਹੈ ਚਰਨਜੀਤ ਸਿੰਘ ਚੰਨੀ ਵੱਲੋਂ ਕੱਲ ਇੱਕ ਬਿਆਨ ਦਿੱਤਾ ਗਿਆ ਇੱਕ ਸਪੀਚ 'ਚ ਉਹਨਾਂ ਨੇ ਕਿਹਾ ਕਿ ਸੀਐਮ ਦੀ ਕੁਰਸੀ ਹੈ ਜਿਹੜੀ ਅਲਾਦੀਨ ਦਾ ਚਰਾਗ ਹੈ ਇਹਨੂੰ ਹਲਾਓ ਪੈਸੇ गिरਦੇ ਨੇ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਦਾ ਸੀਐਮ ਸਾਹਿਬ ਨੂੰ ਪਤਾ ਹੈ ਵੀ ਜਿਹੜੀ ਕੁਰਸੀ ਉਹਨੂੰ ਹਲਾਉਣੇ ਪੈਸੇ ਨਿਕਲਦੇ ਨੇ ਕਿਉਂਕਿ ਉਹ ਕੁਰਸੀ ਤੇ ਬੈਠੇ ਨੇ ਅਸੀਂ ਤਾਂ ਲੈ ਕੁਰਸੀ ਤੇ ਬੈਠੇ ਸਾਡਾ ਲੀਡਰ ਹਲੇ ਕੁਰਸੀ ਤੇ ਬੈਠੂਗਾ ਤੇ ਫਿਰ ਅਸੀਂ ਜਦੋਂ ਆਪਣੀ ਕੁਰਸੀ ਨੂੰ ਹਿਲਾਵਾਂਗੇ ਤਾਂ ਉਸ ਦੇ ਵਿੱਚੋਂ ਹਸਪੀਟਲ ਬਣਨਗੇ ਉਸ ਦੇ ਵਿੱਚੋਂ ਕਾਲਜ ਬਣਨਗੇ ਔਰ ਤੇ ਵਿੱਚੋਂ ਨੌਕਰੀਆਂ ਨਿਕਲਣਗੀਆਂ ਨਾ ਕਿ ਉਸ ਕੁਰਸੀ ਨੂੰ ਹਿਲਾਉਣ ਨਾਲ ਪੈਸੇ ਨਿਕਲਣਗੇ ਨਾ ਉਸ ਕੁਰਸੀ ਚੋਂ ਭ੍ਰਿਸ਼ਟਾਚਾਰ ਨਿਕਲੂਗਾ ਨਾ ਉਸ ਕੁਰਸੀ ਚੋਂ ਬੇਰੁਜ਼ਗਾਰੀ ਨਿਕਲੂਗੀ ਸਾਡੀ ਕੁਰਸੀ ਜਿਹੜੀ ਅਸੀਂ ਹਿਲਾਵਾਂਗੇ ਜੋ ਭਗਵੰਤ ਮਾਨ ਬੈਠੂਗਾ ਉਹ ਚੋਂ ਨਵੀਆਂ ਨੌਕਰੀਆਂ ਔਰ ਜਿਹੜਾ ਹੈਗਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਨਵੇਂ ਪੰਜਾਬ ਦੀ ਸਜਣਾ ਹੋਊਗੀ ਸਾਡੀ ਪਰ ਆਰਐਸਐਸ ਦੀ ਬੀ ਟੀਮ ਕਹੀ ਜਾ ਰਹੀ ਆ ਮੋਦੀ ਦੀ ਬੀ ਟੀਮ ਕਹੀ ਜਾ ਰਹੀ ਆ ਆਮ ਆਦਮੀ ਪਾਰਟੀ ਲੋਕਾਂ ਨੂੰ ਇਹ ਤਾਂ ਜੀ ਦੋਸ਼ ਲਾਉਂਦੇ ਨੇ ਕਿ ਇਹ ਏ ਟੀਮ ਹੈ ਬੀ ਟੀਮ ਹੈ ਐਦਾਂ ਦੀ ਕੋਈ ਗੱਲਬਾਤ ਨਹੀਂ ਇਹਨਾਂ ਨੇ ਉਹ ਕੰਮ ਅਪਣਾਇਆ ਹੋਇਆ ਸੀ ਵੀ ਉਹ ਕਹਿੰਦੇ ਨੇ ਕਿ ਕਰ ਉੱਤੇ ਕਾਟੋ ਤੂੰ ਚੜ ਜਾ ਹੁਣ ਤੂੰ ਚੜ ਜਾ ਵਾਰੀ ਬੰਨੀ ਹੋਈ ਸੀ ਤੇ ਪਹਿਲਾਂ ਕਦੇ ਅਕਾਲੀ ਦਾ ਚੜ ਜਾਂਦਾ ਸੀ ਇਸ ਕੁਰਸੀ ਤੇ ਤੇ ਕਦੇ ਕਾਂਗਰਸ ਚੜ ਜਾਂਦੀ ਸੀ ਜਦੋਂ ਤੀਜੀ ਪਾਰਟੀ ਆ ਗਈ ਤੁਹਾਨੂੰ ਬੀ ਟੀਮ ਕਹਿਣ ਲੱਗੇ ਤਾਂ ਜਿਹੜਾ ਅਕਾਲੀ ਦਲ ਹੈ ਉਹਦਾ ਗੱਠਜੋੜ ਇਹਦੇ ਨਾਲ ਰਿਹਾ ਆ ਆਰਐਸਐਸ ਨਾਲ ਰਿਹਾ ਆ ਇਨ ਦਾ ਕੋਈ ਗੱਠਜੋੜ ਤਾਂ ਨਹੀਂ ਹੈ ਤੇ ਫਿਰ ਉਹ ਜਦੋਂ ਕਾਲੀਦਾਲੂ ਲੋਕ અપਣਾਉਂਦੇ ਰਹੇ ਨੇ ਤੇ ਜੇ ਕੋਈ ਇਹਨਾਂ ਦਾ ਕੋਈ ਸੰਬੰਧ ਦੱਸਦੇ ਨੇ ਖੈਰ ਹੈ ਤਾਂ ਕੋਈ ਹੈ ਨਹੀਂ ਨਾ ਕੋਈ ਜੱਗਰ ਹੈ ਜੋ ਕੋਈ ਚੋਰੀ ਛਿਪੇ ਹੈ ਵੀ ਹੈ ਤਾਂ ਅਸੀਂ ਉਸ ਬੀ ਜਾਂ ਸੀ ਤੋਂ ਕੁਝ ਨਹੀਂ ਕਰਨਾ ਅਸੀਂ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਉਹਨਾਂ ਦੇ ਚੋਣੇ ਉਹ ਜੋ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਭੇਜੇ ਨੇ ਆਪਣੇ ਐਮਐਲ ਕੈਂਡੀਡੇਟਸ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਜਿਹੜੇ ਲੋਕ ਅੱਛੇ ਨੇ ਉਹ ਅੱਗੇ ਆਪਣੇ ਆਪ ਵੱਧ ਕੇ ਆਉਣਗੇ ਔਰ ਇੱਕ ਗੱਲ ਮੈਂ ਦੱਸਣੀ ਚਾਹਨਾ ਇੱਥੇ ਕਿਸੇ ਇੱਕ ਬੰਦੇ ਦੇ ਬਸ ਦੀ ਗੱਲ ਨਹੀਂ ਆਪ ਮਹਾਰੇ ਲੋਕ ਚੱਲ ਰਹੇ ਨੇ ਆਪ ਮਹਾਰੇ ਜੇ ਕਹਣਾ ਕਿ ਮੈਂ ਜ਼ਿਲ੍ਹਾ ਪ੍ਰਸ਼ਾਸਨ ਮੈਂਬਰਾਂ ਕਿ ਮੈਂ ਦਿੱਤੂਪੁਰ ਦੇ ਵਿੱਚ ਮੇਰੇ ਕਹੇ ਤੇ ਦੇ ਮਨ ਆਊਗਾ ਜੇ ਮੈਂ ਆਪਣੇ ਕਹੇ ਤੇ ਦੇ ਮਨ ਨੂੰ ਰੋਕਦਾ ਤਾਂ ਉੱਥੇ ਉਹ ਜਿਹੜੇ ਵਸਨੀਕ ਨੇ ਉਹ ਕਈਆਂ ਸੈਂਕੜੇ ਦੀ ਗਿਣਤੀ ਇਕੱਠੇ ਹੋ ਕੇ ਅਲਕੱਲੇ ਹੀ ਦੇ ਮਨ ਨੂੰ ਬੁਲਾ ਕੇ ਸਰੂਪਾ ਪਾ ਰਹੇ ਨੇ ਔਰ ਉਹਨਾਂ ਤੋਂ ਆਪਣਾ ਅਸ਼ੀਰਵਾਦ ਲੈ ਰਹੇ ਨੇ ਲੋਕਾਂ ਦੀ ਪੂਰੀ ਬੇਬਨ ਚੁੱਕਿਆ ਪੂਰਾ ਮਨ ਚੋਂ ਬਣ ਬਣ ਚੁੱਕਿਆ ਇਹਨੂੰ ਹੁਣ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਆਮ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਨਿਰਪੱਖ ਤੌਰ ਤੇ ਸਪਸ਼ਟ ਤੌਰ ਤੇ ਬਣੂਗੀ ਪਰ ਕਿਹਾ ਜਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਚੜੀਕਾ ਬਣ ਰਹੇ ਨੇ ਕੇਂਜਰੀਵਾਲ ਜਾਂ ਪੰਜਾਬ ਦੇ ਪਾਣੀ ਦਿੱਲੀ ਲਜਾਣਾ ਚਾਹੁੰਦੇ ਨੇ ਇੱਥੋਂ ਤੱਕ ਕਿਹਾ ਜਾ ਰਿਹਾ ਥਰਮਨ ਪਲਾਂਟ ਬੰਦ ਕਰ ਦਿੱਤੇ ਜਾਣਗੇ ਕਿਸਾਨਾਂ ਨੂੰ ਅੱਗ ਲਾਉਣੀ ਬੰਦ ਕਰ ਦਿੱਤੀ ਜਾਊਗੀ ਪ੍ਰਦੂਸ਼ਣ ਦਾ ਜਿਹੜਾ ਕੇਸ ਹੈ ਉਹ ਕੇਂਜਰੀਵਾਲ ਨੇ ਕਿਸਾਨਾਂ ਤੇ ਲਾਇਆ ਹੈ ਕਿ ਪਰਾਲੀ ਦੇ ਕਾਰਨ ਪ੍ਰਦੂਸ਼ਣ ਹੁੰਦਾ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਬੜੀਆਂ ਦਿੱਕਤਾਂ ਆਉਣਗੀਆਂ ਜੇ ਆਮ ਦੀ ਸਰਕਾਰ ਬਣਦੀ ਐ ਇਦਾਂ ਦੇ ਜਿਹੜੇ આરોਪ ਨੇ ਲਗਾਏ ਜਾ ਰਹੇ ਨੇ ਦੇਖੋ ਜੀ ਜੋ ਵਿਰੋਧੀ ਤੇ ਰਹਾ ਉਹ આરોਪ ਲਾਉਂਦੀ ਰਹਿੰਦੀ ਹੈ ਤੇ ਹਮੇਸ਼ਾ ਉਹਨਾਂ ਦਾ ਫਰਜ਼ ਵੀ ਬੰਦਰੂਪ ਲਾਉਣਾ ਤੇ ਇਹ ਐਸੀ ਸਰਕਾਰ ਹੈ ਜਿੱਦਾਂ ਦਿੱਲੀ ਮਾਡਲ ਦੇ ਵਿੱਚ ਦਿੱਲੀ ਦੇ ਵਿੱਚ ਕੇਜਰੀਵਾਲ ਹਸਪੀਟਲ ਵਧੀਆ ਬਣਾ ਰਿਆ ਜਾਂ ਉਥੇ ਪੜ੍ਹਾਈ ਦਾ ਜਿਹੜਾ ਸਿਸਟਮ ਵਧੀਆ ਚਲਾ ਰਿਹਾ ਸਕੂਲ ਕਾਲਜ ਵਧੀਆ ਬਣਾ ਰਿਹਾ ਤਾਂ ਜਾਂ ਲੇਡੀਜ਼ ਵਾਸਤੇ ਉਹਨੇ ਜਿਹੜਾ ਫ੍ਰੀ ਕੀਤਾ ਹੋਇਆ ਹੈ ਤਾਂ ਇਹੀ ਸਾਰਾ ਸਿਸਟਮ ਇੱਥੇ ਚੱਲੂਗਾ ਕੋਈ ਪਾਣੀ ਦੀ ਗੱਲ ਨਹੀਂ ਕੋਈ ਧੂਏ ਦੀ ਗੱਲ ਨਹੀਂ ਇਹ ਤਾਂ ਰੌਲਾ ਰੱਪਾ ਹੈ ਇਹ ਜਿਵੇਂ ਕਾਂਗਰਸ ਨੇ ਜੋ 1984 ਦੇ ਵਿੱਚ ਘਾਣ ਕੀਤਾ ਅਕਾਲੀ ਦਲ ਨੂੰ 5 ਸਾਲ ਉਹ ਯਾਦ ਨਹੀਂ ਰਹਿੰਦਾ 5 ਸਾਲ ਬਾਅਦ ਜਦੋਂ ਚੋਣਾ ਆਉਂਦੀਆਂ ਨੇ ਤਾਂ 1984 ਦਾ ਕਾਂਡ ਚੱਕ ਲੈਂਦੇ ਨੇ ਤਾਂ ਐਦਾਂ ਹੀ ਜਿਹੜਾ ਧੂਆਂ ਹੈ 5 ਸਾਲ ਕਿਸੇ ਨੂੰ ਯਾਦ ਨਹੀਂ ਆਇਆ ਨਾ ਪਾਣੀ ਯਾਦ ਆਇਆ ਜਦੋਂ ਇਲੈਕਸ਼ਨ ਆਈ ਤਾਂ ਕੇਜਰੀਵਾਲ ਨੂੰ ਧੂਆਂ ਤੇ ਪਾਣੀ ਨਾਲ ਕੇ ਰਣ ਲਾਗੇ ਐਸੀ ਕੋਈ ਗੱਲਬਾਤ ਨਹੀਂ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਹੋਊਗੀ ਉਹ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਕਿਤੇ ਜਾਣਗੇ ਲੋਕਾਂ ਦੀ ਭਲਾਈ ਲਈ ਕਿਸਾਨਾਂ ਦੀ ਭਲਾਈ ਲਈ ਬੇਰਜ਼ਗਰਾਂ ਦੀ ਭਲਾਈ ਨੌਜਵਾਨਾਂ ਦੀ ਭਲਾਈ ਲਈ ਇਹ ਸਾਰਾ ਚੱਲੂਗਾ ਨਾਲੇ ਇਹ ਜਿਹੜਾ ਸੋਚਣਾ ਕੰਮ ਹੈ ਉਹ ਇੱਥੋਂ ਦੀ ਜਨਤਾ ਨੇ ਸੋਚਣਾ ਹੈ ਕਿ ਸਾਨੂੰ ਕਿਹੜਾ ਸਾਨੂੰ ਪਾਣੀ ਖਰਾਬ ਕਰੂ ਸਾਡਾ ਕਿਹੜੇ ਸਾਡੀ ਹਵਾ ਖਰਾਬ ਅਸਾਡਾ ਪਾਣੀ ਕਿਹੜਾ ਲੈ ਕੇ ਜਾਊ ਜਨਤਾ ਸਾਰੀ ਕੇਜਰੀਵਾਲ ਨਾਲ ਹੈ ਜਨਤਾ ਸਾਰੀ ਭਗਵੰਤ ਮਾਨ ਨਾਲ ਹੈ ਇਹ ਬਾਈ ਜੀ ਕੱਲ ਨੂੰ ਇਹ ਗੱਲਾਂ ਹੁੰਦੀਆਂ ਨੇ ਤਾਂ ਗੋਗੀ ਟਵਾਣਾ ਵਿਰੋਧਵਾਜ ਚੱਕੂਗਾ ਬਿਲਕੁਲ ਐਸੀ ਕੋਈ ਗੱਲ ਨਹੀਂ ਹੋਣੀ ਕੋਈ ਵਿਰੋਧਵਾਜ اٹھਾਉਣ ਦੀ ਲੋੜ ਨਹੀਂ ਪੈਣੀ ਮਨਿੰਦਰ ਜੀ ਸਰਕਾਰ ਬਣਨ ਦਿਓ ਕੰਮ ਕਰ ਚੱਲਣ ਦਿਓ ਤੁਸੀਂ ਮੇਰੇ ਕੋਲ ਦੁਬਾਰੇ ਆਇਓ ਤੇ ਇਤੋਂ ਵਧੀਆ ਜਿਹੜਾ ਹੈ ਕੰਮ ਚੱਲੂਗਾ ਤੇ ਸਾਰੇ ਲੋਕ ਖੁਸ਼ ਹੋਣਗੇ ਮੈਂ ਵਾਅਦਾ ਕਰਦਾ ਕਿ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਵਨ ਸਿੰਘ ਜੀ ਮਾਨ ਵੱਲੋਂ ਕਿ ਪੂਰੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਭ੍ਰਿਸ਼ਟਾਚਾਰ ਮੁਕਤ ਬਣਾਵਾਂਗੇ ਬੇਰਜ਼ਗਾਰੀ ਨੂੰ ਦੂਰ ਕਰਕੇ ਲੋਕਾਂ ਨੂੰ ਰੋਜ਼ਗਾਰ ਦਵਾਂਗੇ ਔਰ ਜੋ ਲੋਕ ਸਾਡੇ ਬਾਹਰਲੇ ਦੇਸ਼ਾਂ ਦੇ ਵਿੱਚ ਇਥੋਂ ਕਾਂਗਰਸ ਨੇ ਆਕਾ ਕੇ ਭੇਜੇ ਗਲਤ ਪਰਚੇ ਕਰਕੇ ਭੇਜੇ ਕਾਲੀਆਂ ਦੇ ਤੜਫਾ ਕੇ ਭੇਜੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਬਾਹਰੋਂ ਬੁਲਾ ਕੇ ਇੱਥੇ ਰੋਜ਼ਗਾਰ ਦਈਏ ਸੂਈ ਤੋਂ ਲੈ ਕੇ ਜਹਾਜ਼ ਬਣਾਉਣ ਤੱਕ ਦੀਆਂ ਫੈਕਟਰੀਆਂ ਸਾਡੇ ਇਹ ਜਿਹੜਾ ਸੋਨੇ ਦੀ ਚਿੜੀ ਪੰਜਾਬ ਦੇ ਵਿੱਚ ਲੱਗਣ ਗਈਆਂ ਮੁਰ ਬਹਾਰ ਆਉਣ ਗਈਆਂ ਮੋਰ ਇੱਥੇ ਰੌਣਕਾਂ ਲੱਗਣ ਗਈਆਂ ਜੀ ਜੀ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਨੂੰ ਧੰਨਵਾਦ ਜੀ ਟਵਾਣਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਇਹ ਸਾਨੂੰ ਤੇਜਪਾਲ ਸਿੰਘ ਗੋਗੀ ਟਵਾਣਾ ਜਿਨ੍ਹਾਂ ਨੇ ਆਪਣੇ ਵਿਚਾਰ ਦੱਸੇ ਇਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਹੀ ਹੈ ਇੱਕ ਜੋ ਪੰਜਾਬ ਨੂੰ ਪੰਜਾਬ ਬਣਾ ਸਕਦੀ ਹੈ ਮੁਰ ਸੋਨੇ ਦੀ ਚਿੜੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਦਿਖੂਗੀ ਸੋਨੇ ਦੀ ਚਿੜੀ ਪੰਜਾਬ ਨੂੰ ਕਿਹਾ ਜਾਊਗਾ ਸੋ ਚਰਨਜੀਤ ਸਿੰਘ ਚੰਨੀ ਨੂੰ ਜੋ ਸੀਐਮ ਦਾ ਚਿਹਰਾ ਐਲਾਨ ਕੀਤਾ ਗਿਆ ਇਹਨਾਂ ਦਾ ਕਹਿਣਾ ਹੈ ਕਿ ਫੋਕੀਆਂ ਗੱਲਾਂ ਨੇ ਕੋਈ ਦਮ ਨਹੀਂ ਲੋਕ ਭਗਵੰਤ ਮਾਨ ਦੇ ਚਿਹਰੇ ਨੂੰ ਪਸੰਦ ਕਰਦੇ ਨੇ ਭਗਵੰਤ ਮਾਨ ਦੇ ਚਿਹਰੇ ਨੂੰ ਹੀ ਪੰਜਾਬ 'ਚ ਦੇਖਣਾ ਚਾਹੁੰਦੇ ਨੇ ਇਸ ਲਈ ਆਉਣ ਵਾਲੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਰਹੀ ਆ ਸੋ ਇਹ ਤਾਂ ਆਉਣ ਵਾਲਾ ਟਾਈਮ ਹੈ ਦੱਸੂਗਾ ਕਿਸ ਦੀ ਸਰਕਾਰ ਬਣਦੀ ਆ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਦੇਖਦੇ ਰਹੋ ਪੰਜਾਬੀ ਲੋਕ ਚੈਨਲ ਕੈਮਰਾਮੈਨ ਨਰਪੈ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ